ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਵੇਂ ਤੁਸੀਂ ਜਾਣਦੇ ਕਿ ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚੇ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿੱਖਾਂ ਦਾ ਇਹ ਕਤਲੇਆਮ ਲਗਭਗ ਪੂਰਾ ਹਫ਼ਤਾ ਜਾਰੀ ਰਿਹਾ। ਯਾਦ ਰਹੇ, 3 ਜੂਨ 1984 ਨੂੰ ਪੰਜੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ। ਇਸ ਲਈ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੌਜੂਦ ਸਨ। ਵਿਊਅਰਸ, ਅਸੀਂ ਅੱਜ ਅਤੇ ਆਉਣ ਵਾਲੇ ਕੁਝ ਦਿਨ ਘੱਲੂਘਾਰਾ 84 ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਅਸੀਂ ਘੱਲੂਘਾਰਾ 84 ਦੇ ਅੱਡ ਅੱਡ ਪਹਿਲੂਆਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਸਿੱਖ ਪੰਥ ਨਾਲ ਸੰਬੰਧਿਤ ਵੱਖ ਵੱਖ ਮਹਾਨ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਅਸੀਂ ਅੱਜ ਇਸ ਜੂਨ 84 ਦੇ ਘੱਲੂਘਾਰੇ ਸੰਬੰਧੀ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜੇ ਕਿ ਪਟਿਆਲੇ ਤੋਂ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਵੇਂ ਜੂਨ 1984 ਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ 3 ਜੂਨ ਨੂੰ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ ਗਿਆ, ਇਸ ਬਾਰੇ ਆਪਣੇ ਵਿਚਾਰ ਸਭ ਤੋਂ ਪਹਿਲਾਂ ਅੱਜ ਸਾਂਝੇ ਕਰੋ। ਜੂਨ 1984 ਚ ਜਿਹੜਾ ਹਮਲਾ ਦਰਬਾਰ ਸਾਹਿਬ ਤੇ ਕੀਤਾ ਗਿਆ, ਜਿਵੇਂ ਤੁਸੀਂ ਜ਼ਿਕਰ ਕੀਤਾ, ਇਹ ਕੋਈ ਅਚਾਨਕ ਹੋਇਆ ਹਮਲਾ ਨਹੀਂ ਸੀ। ਇਹਦੇ ਵਿੱਚ ਥੋੜਾ ਜਿਹਾ ਸਿੱਖਾਂ ਨੂੰ ਤੇ ਹਿਊਮਨ ਰਾਈਟਸ ਨੂੰ ਤਿਆਰ ਕਰਨ ਵਾਲੇ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਪਏਗਾ ਕਿ ਇੰਨੇ ਵੱਡੇ ਪਾਕੇ ਦੇ ਵਾਸਤੇ ਕੋਈ ਅਚਾਨਕ ਘਟਨਾ ਨਹੀਂ ਵਾਪਰਦੀ। ਇਹ 1947 ਤੇ ਉਸ ਤੋਂ ਪਹਿਲਾਂ ਤੋਂ ਹੀ ਇੱਕ ਹਿੰਦੂ ਸੋਚ ਵੱਲੋਂ ਮਿੱਥੇ ਹੋਏ ਪ੍ਰੋਗਰਾਮ ਦੇ ਤਹਿਤ ਕੀਤਾ ਗਿਆ ਹਮਲਾ ਸੀ। ਜੀ, ਸੋ ਉਹਦੀਆਂ ਸਾਰੀਆਂ ਹੀ ਪਰਤਾਂ ਤੇ ਧਿਆਨ ਦੇਣ ਦੀ ਲੋੜ ਹੈ। ਜੀ, ਤਾਂ ਹੀ ਸਮਝ ਆਊਗਾ ਕਿ 84 ਦੇ ਉੱਤੇ ਇੰਨਾ ਜ਼ਿਆਦਾ ਭਿਆਨਕ ਹਮਲਾ ਇੱਕ ਉਸ ਗਵਰਨਮੈਂਟ ਵੱਲੋਂ ਕੀਤਾ ਗਿਆ ਜਿਹੜਾ ਆਪਣੇ ਆਪ ਨੂੰ ਦੁਨੀਆਂ ਦੀ ਚੌਥੇ ਨੰਬਰ ਦੀ ਉਸ ਵਕਤ ਮਿਲਟਰੀ ਪਾਵਰ ਸਮਝਦੀ ਸੀ। ਜੀ, ਇਹ ਸਾਡੇ ਧਰਮ ਨੂੰ ਪੂਰਨ ਤੌਰ ਤੇ ਖਤਮ ਕਰਨ, ਸਾਡੀ ਸੋਚ ਨੂੰ ਬ੍ਰਹਮਣਵਾਦ ਦੇ ਵਿੱਚ ਮਿਲਾਉਣ, ਹਾਂਜੀ, ਦੇ ਵੱਡੇ ਕਾਰਨ ਨੂੰ ਲੈ ਕੇ ਕੀਤਾ ਗਿਆ ਹਮਲਾ ਸੀ। ਜੀ, ਇਸੇ ਲਈ ਇਸ ਨੂੰ ਇੰਨੇ ਭਿਆਨਕ ਤਰੀਕੇ ਨਾਲ ਕੀਤਾ ਗਿਆ ਕਿ ਸ਼ਾਇਦ ਉਹਨਾਂ ਨੇ ਸੋਚਿਆ ਕਿ ਅਬਦਾਲੀ ਤੇ ਨਾਦਰ ਸ਼ਾਹ ਵੀ ਸ਼ਰਮਸਾਰ ਹੋ ਜਾਣ, ਇੰਨਾ ਵੱਡਾ ਹਮਲਾ ਅਸੀਂ ਕਰਾਂਗੇ। ਉਸੇ ਚੀਜ਼ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਗਿਆ, ਜਿਹਦੇ ਵੱਖ ਵੱਖ ਪਹਿਲੂ ਪਿਛਲੇ 30 ਸਾਲ ਚ ਸਾਡੇ ਸਾਹਮਣੇ ਆਏ ਨੇ। ਮੇਰੇ ਖਿਆਲ ਮੁਤਾਬਕ ਹਜੇ ਬਹੁਤ ਪਹਿਲੂ ਐਸੇ ਨੇ ਜਿਹੜੇ ਸਾਹਮਣੇ ਆਉਣੇ ਹਜੇ ਬਾਕੀ ਨੇ। ਜੀ ਜੀ, ਤੇ ਵੀਰ ਜੀ, ਜਿਸ ਤਰ੍ਹਾਂ ਸਰਕਾਰੀ ਪੱਖ ਵੱਲੋਂ ਇਹ ਕਿਹਾ ਗਿਆ ਸੀ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨੀ ਜ਼ਰੂਰੀ ਸੀ ਅਤੇ ਇਹ ਲਾਅ ਐਂਡ ਆਰਡਰ ਦਾ ਮਸਲਾ ਸੀਗਾ, ਤੇ ਇਸ ਆਰਗੂਮੈਂਟ ਵਿੱਚ ਕਿੰਨਾ ਕਦਮ ਹੈ, ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ। ਹਰਿਮੰਦਰ ਸਾਹਿਬ ਦੀ ਪਵਿੱਤਰਤਾ ਸਿੱਖਾਂ ਨੇ ਦੇਖਣੀ ਹੈ, ਨਾ ਕਿ ਗਵਰਨਮੈਂਟ ਨੇ, ਪਹਿਲੀ ਗੱਲ ਤਾਂ ਇਹ ਹੈ। ਜੀ, ਦੂਸਰਾ ਇਹ ਕਿ ਜਦੋਂ ਆਪਾਂ ਇਹ ਗੱਲ ਹੁਣੇ ਕਰਕੇ ਹਟੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਉੱਤੇ ਬੱਚੇ, ਬੀਬੀਆਂ, ਬਜ਼ੁਰਗ ਸਾਰੇ ਉਤਸ਼ਾਹ ਦੇ ਨਾਲ ਆਏ ਸੀ, ਉਹਨਾਂ ਦਾ ਇਹ ਜਿਹੜਾ ਦਾਅਵਾ ਹੈ ਕਿ ਲੋਕ ਡਰ ਗਏ ਸੀ, ਲੋਕ ਦਰਬਾਰ ਸਾਹਿਬ ਆਉਣਾ ਹਟ ਗਏ ਸੀ ਕਿਉਂਕਿ ਉੱਥੇ ਬੰਦੂਕਾਂ ਲੈ ਕੇ ਲੋਕ ਘੁੰਮਦੇ ਸੀ, ਇਹ ਚੀਜ਼ ਜਿਹੜੀ ਹੈ ਉਹ ਆਪਣੇ ਆਪ ਹੀ ਨਾ ਮੰਨਣ ਯੋਗ ਹੋ ਜਾਂਦੀ ਹੈ ਕਿ ਜਦੋਂ ਇੰਨੀ ਵੱਡੀ ਪੱਧਰ ਤੇ ਸੰਗਤ ਬੜੇ ਉਤਸ਼ਾਹ ਨਾਲ ਦਰਬਾਰ ਸਾਹਿਬ ਆ ਰਹੀ ਹੈ, ਹਾਂਜੀ, ਉਹਨਾਂ ਦਾ ਇਹ ਦਾਅਵਾ ਬਿਲਕੁਲ ਝੂਠ ਹੈ। ਦੂਸਰੀ ਗੱਲ ਲਾਅ ਐਂਡ ਆਰਡਰ ਦੀ ਹੈ। ਲਾਅ ਐਂਡ ਆਰਡਰ ਅਸਲ ਵਿੱਚ ਸਰਕਾਰਾਂ ਨੇ ਖੁਦ ਖਰਾਬ ਕੀਤਾ ਕਿ ਲਾਲਾ ਜਗਤ ਰਾਣ ਵਰਗੇ ਜਹਿਰੀ ਲੋਕਾਂ ਨੂੰ ਖੁੱਲ ਦਿੱਤੀ ਤੇ ਉਹ ਇੱਕ ਧਰਮ ਦੇ ਖਿਲਾਫ ਖੁੱਲ ਕੇ ਲਿਖਣ ਤੇ ਬੋਲਣ, ਹਾਂਜੀ, ਜਿਹਦੇ ਨਾਲ ਲਾਅ ਐਂਡ ਆਰਡਰ ਖਰਾਬ ਹੁੰਦਾ। ਸੰਤ ਜੀ ਨੇ ਜਾਂ ਉਸ ਵਕਤ ਦੇ ਸਿੱਖ ਲੀਡਰਾਂ ਨੇ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਹਦੇ ਨਾਲ ਲਾਅ ਐਂਡ ਆਰਡਰ ਖਰਾਬ ਹੁੰਦਾ ਹੋਵੇ। ਇਹ ਗੱਲ ਬਹੁਤ ਵੱਡੇ ਵਿਸਥਾਰ ਦੀ ਹੈ। ਮੈਂ ਟੂਕ ਮਾਤਰ ਇੱਥੇ ਇਹੀ ਕਹਿ ਸਕਦਾ ਕਿ ਜੇ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਲੱਗਦੀ ਸੀ, ਹਾਂਜੀ, ਅੱਜ ਤੱਕ 30 ਸਾਲ ਵਿੱਚ ਉਹ ਇਹ ਨਹੀਂ ਦੱਸ ਸਕੇ ਕਿ ਸੰਤ ਜਰਨੈਲ ਸਿੰਘ ਜੀ ਦੇ ਪ੍ਰਤੀ ਉਹਨਾਂ ਨੇ ਕਿਹੜੀ FIR ਦਰਜ ਕੀਤੀ ਸੀ ਜਿਹੜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜ਼ਰੂਰੀ ਇੱਕ ਕਾਨੂੰਨੀ ਕਾਰਵਾਈ ਸੀ, ਹਾਂਜੀ, ਉਹ ਕਿਉਂ ਨਾ ਕੀਤੀ।
ਜੀ ਬਿਲਕੁਲ ਉਲਟਾ ਸੰਤ ਜੀ ਨੂੰ ਗ੍ਰਿਫਤਾਰ ਕਰਕੇ ਵੀ ਬੜੇ ਸਤਿਕਾਰ ਦੇ ਨਾਲ ਛੱਡ ਦਿੱਤਾ ਕਿ ਇਹਨਾਂ ਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਕੋਈ ਹੱਥ ਨਹੀਂ ਸਾਬਤ ਹੋਇਆ ਜੀ ਜੀ ਤੇ ਵੀਰ ਜੀ ਜਿਸ ਤਰ੍ਹਾਂ 7 ਜੂਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਸਾੜ ਦਿੱਤਾ ਗਿਆ ਸਾਡਾ ਇਤਿਹਾਸਿਕ ਖਜ਼ਾਨਾ ਅਜੇ ਵੀ ਦੁਸ਼ਮਣ ਦੇ ਹੱਥ ਹੈ ਇਹ ਸਿੱਖਾਂ ਨੂੰ ਵਾਪਸ ਕਿਉਂ ਨਹੀਂ ਕੀਤਾ ਜਾਂਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਨੇ ਇਹਨਾਂ 30 ਸਾਲਾਂ ਦੇ ਵਿੱਚ ਇਸ ਖਜ਼ਾਨੇ ਨੂੰ ਹਾਸਿਲ ਕਰਨ ਲਈ ਕਿਹੜੇ ਉਪਰਾਲੇ ਕੀਤੇ ਨੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਇਹ ਇੱਕ ਯੋਜਨਾਬੱਧ ਹਮਲਾ ਸੀ ਇਹਦੇ ਵਿੱਚ ਕਿਸੇ ਵੀ ਕੌਮ ਦਾ ਜਿਹੜਾ ਲਿਟਰੇਚਰ ਹੁੰਦਾ ਖਾਸ ਕਰ ਸਿੱਖਾਂ ਦੇ ਕੋਲ ਕੇਵਲ ਸਿੱਖ ਕੌਮ ਹੀ ਐਸੀ ਹੈ ਦੁਨੀਆਂ ਦੇ ਵਿੱਚ ਜਿਹਨਾਂ ਕੋਲ ਉਹਨਾਂ ਦੇ ਆਪਣੇ ਗੁਰੂ ਸਾਹਿਬਾਨ ਜਾਂ ਹੱਥ ਲਿਖਤਾਂ ਪਈਆਂ ਹੈ ਜੀ ਉਹ ਹੱਥ ਲਿਖਤਾਂ ਵੀ ਉਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸ਼ਾਮਿਲ ਸੀ ਜਿਹੜੀ ਕਿ ਤਬਾਹ ਕੀਤੀ ਗਈ ਤੇ ਲੁੱਟੀ ਗਈ ਦੂਸਰੀ ਗੱਲ ਤੁਸੀਂ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਦੇ ਲਈ ਕੀ ਉਪਰਾਲੇ ਕਰ ਰਿਹਾ ਹੈ ਲਗਾਤਾਰ ਜਦੋਂ ਵੀ ਮੌਕਾ ਮਿਲਿਆ ਅਸੀਂ ਇਹ ਗੱਲ ਨੂੰ ਬੜੇ ਵਿਸਥਾਰ ਤੇ ਬੜੇ ਅਸਰਦਾਰ ਤਰੀਕੇ ਦੇ ਨਾਲ ਹਰ ਪਲੇਟਫਾਰਮ ਤੇ ਉਠਾਇਆ ਚਾਹੇ ਉਹ ਪ੍ਰੈਸ ਕਾਨਫਰੰਸ ਹੋਵੇ ਚਾਹੇ ਕਾਨਫਰੰਸਿਸ ਹੋਣ ਚਾਹੇ ਦਿੱਲੀ ਦੇ ਵਿੱਚ ਅਸੀਂ ਕੋਈ ਮੈਮੋਰੈਂਡਮ ਦਈਏ ਚਾਹੇ ਰਾਸ਼ਟਰਪਤੀ ਤੋਂ ਲੈ ਕੇ ਜਿੰਨੇ ਵੀ ਅਸੀਂ ਉਪਰਾਲੇ ਕੀਤੇ ਨੇ ਇੱਕ ਲੋਕਤੰਤਰੀ ਤਰੀਕੇ ਦੇ ਨਾਲ ਉਹ ਸਾਰੇ ਹੀ ਕੀਤੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ 1999 ਤੋਂ ਲੈ ਕੇ 2004 ਤੱਕ ਪਾਰਲੀਮੈਂਟ ਦੇ ਵਿੱਚ ਰਹੇ ਨੇ ਉਹਨਾਂ ਨੇ ਜ਼ੋਰਦਾਰ ਤਰੀਕੇ ਦੇ ਨਾਲ ਇਹ ਉੱਥੇ ਆਵਾਜ਼ ਉਠਾਈ ਹੈ ਕਿ ਸਿੱਖਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜੀਆਂ ਸਾਡੀਆਂ ਕੀਮਤੀ ਵਸਤਾਂ ਨੇ ਖਾਸ ਕਰ ਗੁਰੂ ਸਾਹਿਬ ਜੀ ਦੇ ਹੱਥ ਲਿਖਤ ਖਰੜੇ ਨੇ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਹਿੰਦੁਸਤਾਨ ਦਾ ਡਿਫੈਂਸ ਮਿਨਿਸਟਰ ਫਰਨੈਂਡੇਜ਼ ਇਹ ਗੱਲ ਕਹਿ ਚੁੱਕਾ ਹੈ ਪਾਰਲੀਮੈਂਟ ਦੇ ਵਿੱਚ ਕਿ ਜਿਹੜੀਆਂ ਵਸਤਾਂ ਨੇ ਉਹ ਪੁਲਿਸ ਮਿਲਟਰੀ ਲੈ ਕੇ ਗਈ ਸੀ ਤੇ ਉਹ ਮਿਲਟਰੀ ਦੇ ਕੋਲ ਹੀ ਹਨ ਬਾਵਜੂਦ ਇਸਦੇ ਇਹ ਕਿਸੇ ਵੀ ਸਰਕਾਰ ਨੇ ਇਹ ਠੀਕ ਨਹੀਂ ਸਮਝਿਆ ਪਰ ਇਹ ਸਿੱਖ ਇਸ ਤਰ੍ਹਾਂ ਆਸ ਕਰਦੇ ਨੇ ਕਿ ਇਹ ਯੋਜਨਾਬੱਧ ਸੀ ਜੇ ਸਾਨੂੰ ਉਹ ਅਸਿੱਖਤਾ ਵਾਪਸ ਮਿਲਦੀਆਂ ਨੇ ਜਾਂ ਉਹ ਕੀਮਤੀ ਵਸਤਾਂ ਵਾਪਸ ਮਿਲਦੀਆਂ ਨੇ ਤਾਂ ਸਾਡਾ ਇੱਕ ਦਾਅਵਾ ਬਹੁਤ ਸਟਰੋਂਗਲੀ ਦੁਨੀਆਂ ਦੇ ਸਾਹਮਣੇ ਆਉਂਦਾ ਹੈ ਕਿ ਵਾਕਈ ਸਾਨੂੰ ਇਹਨਾਂ ਨੇ ਯੋਜਨਾਬੱਧ ਤਰੀਕੇ ਦੇ ਨਾਲ ਖਤਮ ਕਰਨ ਲਈ ਸਾਡੀਆਂ ਚੀਜ਼ਾਂ ਇੱਥੋਂ ਲੈ ਕੇ ਗਏ ਸੀ ਜੀ ਜੀ ਤੇ ਵੀਰ ਜੀ ਅਸੀਂ ਅਗਲੇ ਸਵਾਲ ਤੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅਸੀਂ ਦਰਬਾਰ ਸਾਹਿਬ ਦੇ ਹਮਲੇ ਤਾਂ ਹਮੇਸ਼ਾ ਜ਼ਿਕਰ ਕਰਦੇ ਹਾਂ ਬਾਰ ਬਾਰ ਹਰ ਸਾਲ ਕਰਦੇ ਪਿਛਲੇ 30 ਸਾਲਾਂ ਤੋਂ ਪਰ ਜਿਹੜੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਸਿੰਘ ਸਿੰਘਣੀਆਂ ਦੀ ਸ਼ਹੀਦੀ ਪਾਈ ਹੈ ਜਾਂ ਕੀ ਲੁੱਟਿਆ ਗਿਆ ਦਰਬਾਰ ਸਾਹਿਬ ਤੋਂ ਜਾਂ ਰੈਫਰੈਂਸ ਲਾਇਬ੍ਰੇਰੀ ਤੋਂ ਕੀ ਲੁੱਟਿਆ ਗਿਆ ਪਰ ਜਿਹੜੇ ਬਾਕੀ 37 ਇਤਿਹਾਸਿਕ ਗੁਰਦੁਆਰੇ ਹੁੰਦੇ ਸੀ ਉਹਨਾਂ ਦੇ ਬਹੁਤ ਘੱਟ ਮੈਂਸ਼ਨ ਕਰਦੇ ਕਿ ਉੱਥੇ ਸਾਡੇ ਸਿੰਘਾਂ ਸਿੰਘਣੀਆਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਜਾਂ ਕਿੰਨੇ ਸ਼ਹੀਦ ਹੋਏ ਨੇ ਜਾਂ ਫਿਰ ਉੱਥੇ ਕਿਉਂ ਅਟੈਕ ਕੀਤਾ ਗਿਆ ਸੀ ਜਾਂ ਉੱਥੋਂ ਕੀ ਲੁੱਟਿਆ ਗਿਆ ਸੀ ਐਸਾ ਕਿਉਂ ਇਸ ਤਰ੍ਹਾਂ ਹੈ ਕਿ ਜਦੋਂ ਦਰਬਾਰ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਕੁਦਰਤੀ ਤੌਰ ਤੇ ਹੈ ਦੂਜੇ ਗੁਰਦੁਆਰਾ ਸਾਹਿਬ ਦਾ ਜਿਹੜੀ ਸਿੱਖਾਂ ਦੇ ਮਨਾਂ ਦੇ ਵਿੱਚ ਗੱਲ ਹੈ ਉਹ ਕੁਝ ਥੋੜੀ ਜਿਹੀ ਘੱਟ ਵਿਚਾਰੀ ਜਾਂਦੀ ਹੈ ਕਿਉਂਕਿ ਜਦੋਂ ਉਹ ਕਹਿੰਦੇ ਕਿ ਸਾਨੂੰ ਦਰਬਾਰ ਸਾਹਿਬ ਤੇ ਹੀ ਹਮਲਾ ਹੋ ਗਿਆ ਤੇ ਬਾਕੀ ਗੁਰਦੁਆਰਾ ਸਾਹਿਬ ਤੇ ਇਸ ਸਰਕਾਰ ਨੇ ਕਰਨਾ ਹੀ ਸੀ ਬਾਕੀ ਗੱਲ ਇਹ ਹੈ ਕਿ ਲੋਕਲ ਲੈਵਲ ਤੇ ਜਿੱਥੇ ਜਿੱਥੇ ਵੀ ਸੰਗਤ ਉਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀ ਸੀ ਉਹਨਾਂ ਕੋਲ ਸਾਰੇ ਡੇਟਾਜ਼ ਹੈਗੇ ਨੇ ਲੋੜ ਹੈ ਜਿਹਨਾਂ ਸੰਸਥਾਵਾਂ ਕੋਲ ਸਿੱਖਾਂ ਦਾ ਪੈਸਾ ਜਾਂਦਾ ਹੈ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ ਜਾਂ ਕਾਰ ਸੇਵਾ ਵਾਲੇ ਬਾਬੇ ਹੋਏ ਜਾਂ ਇਹਨਾਂ ਲੋਕਾਂ ਨੂੰ ਆਪਣੇ ਸੋਰਸਿਸ ਨੂੰ ਵਰਤ ਕੇ ਉਸ ਡਾਟਾ ਨੂੰ ਇਕੱਠਾ ਕਰ ਲੈਣਾ ਚਾਹੀਦਾ ਪਰ ਲੋਕਲ ਲੈਵਲ ਤੇ ਜਿੱਥੇ ਜਿੱਥੇ ਵੀ ਉਹ ਗੁਰਦੁਆਰਾ ਸਾਹਿਬਾਨ ਸੀ ਉੱਥੇ ਉਹ ਸਾਰਾ ਡਾਟਾ ਲਗਭਗ ਲੋਕਾਂ ਦੇ ਕੋਲ ਹੈ ਜੀ ਜੀ ਤੇ ਵੀਰ ਜੀ ਜਿਸ ਤਰ੍ਹਾਂ 30 ਸਾਲ ਦੇ ਬਾਅਦ ਹੁਣ ਇਸ ਸਾਲ ਇਹ ਫੈਕਟ ਸਾਹਮਣੇ ਆਏ ਨੇ ਕਿ ਇਸ ਦੇ ਵਿੱਚ ਨਾ ਓਨਲੀ ਰਸ਼ੀਅਨ ਸਰਕਾਰ ਬਟ ਆਲਸੋ ਇੰਗਲੈਂਡ ਦੀ ਥੈਚਰ ਸਰਕਾਰ ਵੀ ਇਨਕਲੂਡ ਸੀਗੀ ਹੁਣ ਤੇ ਇੱਕਦਮ ਇੰਟਰਨੈਸ਼ਨਲ ਕਾਨਸਪਿਰੇਸੀ ਬਣ ਚੁੱਕੀ ਹੈ ਇਸ ਬਾਰੇ ਤੁਸੀਂ ਆਪਣੇ ਜਿਹੜੇ ਬਾਹਰ ਦੇ ਦਰਸ਼ਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕੀਤਾ ਤੁਹਾਡੇ ਰਾਹੀਂ ਸੰਗਤ ਨੂੰ ਜ਼ਿਕਰ ਕੀਤਾ ਹੈ ਕਿ ਇਹ ਇੱਕ ਯੋਜਨਾਬੱਧ ਹਮਲਾ ਸੀ ਜਿਹਦੇ ਵਿੱਚ ਦੁਨੀਆਂ ਦੀਆਂ 3 ਵੱਡੀਆਂ ਸ਼ਕਤੀਆਂ ਸ਼ਾਮਲ ਸੀ ਹਿੰਦੁਸਤਾਨ ਇੰਗਲੈਂਡ ਯੂਕੇ ਅਤੇ ਰਸ਼ੀਆ ਜਿਨ੍ਹਾਂ ਚੋਂ ਰਸ਼ੀਆ ਤੇ ਇੰਗਲੈਂਡ ਯੂਐਨਓ ਦੇ ਵਿੱਚ ਵੀਟੋ ਪਾਵਰਜ਼ ਵੀ ਹੈਗੀਆਂ ਨੇ ਸੋ ਇਹ ਗੱਲ ਸਿੱਖਾਂ ਨੂੰ ਗੰਭੀਰਤਾ ਦੇ ਨਾਲ ਸਮਝਣੀ ਚਾਹੀਦੀ ਹੈ ਕਿ ਹਿੰਦੁਸਤਾਨ ਦੇ ਹਿੰਦੂ ਸੋਚਵਾਨਾਂ ਦਾ ਇਹ ਇੱਕ ਇਤਿਹਾਸ ਹੈ ਕਿ ਉਹਨਾਂ ਨੇ ਕਿਸੇ ਵੀ ਹੋਰ ਧਾਰਮਿਕ ਸੋਚ ਨੂੰ ਜ਼ਿੰਦਾ ਨਹੀਂ ਰਹਿਣ ਦੇਣਾ ਜਿਸ ਤਰ੍ਹਾਂ ਕਿ ਬੁੱਧ ਤੇ ਜੈਨ ਧਰਮ ਨੂੰ ਇਹਨਾਂ ਨੇ ਲਗਭਗ ਆਪਣੇ ਦੇ ਵਿੱਚ ਸਮਲਿਤ ਕਰ ਲਿਆ ਆਪਣੇ ਜਜ਼ਬ ਕਰ ਲਿਆ ਉਹੀ ਗੱਲ ਉਹ ਸਿੱਖ ਧਰਮ ਨਾਲ ਕਰਨਾ ਚਾਹੁੰਦੇ ਨੇ ਜੀ ਇਹ ਬਹੁਤ ਦੁੱਖ ਦੀ ਗੱਲ ਹੈ ਹਿੰਦੁਸਤਾਨ ਚ ਰਹਿਣ ਵਾਲੇ ਸਿੱਖ ਲਗਭਗ ਜਾਂ ਤਾਂ ਡਰ ਗਏ ਨੇ ਜਾਂ ਵਿਕਾਊ ਹੋ ਗਏ ਨੇ ਜਿਹੜੀ ਵਿਕਾਊ ਮਾਨਸਿਕਤਾ ਹੈ ਇਹਨੂੰ ਕੇਵਲ ਬਾਹਰਲੇ ਦਿਸ਼ਾ ਦੇ ਜਿਹੜੇ ਸਿੱਖ ਨੇ
ਉਹ ਹੀ ਬਚਾ ਕੇ ਰੱਖ ਸਕਦੇ ਨੇ ਕਿਉਂਕਿ ਉਹ ਆਜ਼ਾਦ ਫਿਜ਼ਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਆਜ਼ਾਦੀ ਦੇ ਨਿੱਘ ਦਾ ਮਾਸੂਮੀਅਤ ਵੀ ਹੈ ਉਹ ਆਪਣੀ ਕੌਮ ਦੇ ਦਰਦ ਨੂੰ ਤੇ ਮਜਬੂਰੀਆਂ ਨੂੰ ਸਮਝਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਸੋਰਸਿਸ ਰਾਹੀਂ ਪੂਰੇ ਹੀ ਤਰੀਕੇ ਨਾਲ ਜਿੰਨੀਆਂ ਵੀ ਦੁਨਿਆਵੀ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਸਹਿੰਦੇ ਹੋਇਆਂ ਅਸੀਂ ਸਿੱਖ ਕੌਮ ਦੀ ਆਵਾਜ਼ ਨੂੰ ਲੋਕਾਂ ਤੱਕ ਹਮੇਸ਼ਾ ਪਹੁੰਚਾਉਂਦੇ ਆਏ ਹਾਂ ਤੇ ਪਹੁੰਚਾਉਂਦੇ ਰਹਾਂਗੇ ਆਪਣੇ ਮਰਨ ਤੱਕ ਇਹ ਸਾਡਾ ਸਿੱਖ ਸੰਗਤ ਦੇ ਨਾਲ ਵਾਅਦਾ ਹੈ ਸਾਰੇ ਸੰਸਾਰ ਦੇ ਵਿੱਚ ਨਾਲ ਹੀ ਬੇਨਤੀ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਸਿੱਖ ਸੋਚ ਨੂੰ ਸਮਰਪਿਤ ਨੇ ਉਹ ਪਹਿਲਾਂ ਸਟੱਡੀ ਜ਼ਰੂਰ ਕਰਨ ਕਿ ਇਹ ਬਹੁਤ ਗੰਭੀਰ ਮਸਲਾ ਹੈ ਇਹ ਕੇਵਲ ਰੋਜ਼ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹਨਾਂ ਤੱਕ ਸੀਮਿਤ ਘਟਨਾ ਨਹੀਂ ਹੈ ਜਿਵੇਂ ਕਿ ਸਰਕਾਰਾਂ ਕੋਲ ਪਾਵਰਾਂ ਹੁੰਦੀਆਂ ਨੇ ਕਿ ਇੱਕ ਵੱਡਾ ਹਮਲਾ ਕਰਨ ਤੋਂ ਬਾਅਦ ਉਹ ਹਰ ਰੋਜ਼ ਸਾਨੂੰ ਇੱਕ ਨਵੀਂ ਸਮੱਸਿਆ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੇ 30 ਸਾਲ 'ਚ ਕਦੇ ਕੋਈ ਬਾਬਾ ਆ ਜਾਂਦਾ ਹੈ ਕਦੇ ਰਾਧਾ ਸਵਾਮੀ ਆ ਜਾਂਦੇ ਨੇ ਕਦੇ ਕੋਈ ਨਿਰੰਕਾਰੀ ਆ ਜਾਂਦੇ ਨੇ ਕਦੇ ਕੋਈ ਆ ਜਾਂਦਾ ਹੈ ਇਹ ਘਟਨਾਵਾਂ ਨੂੰ ਤੁਸੀਂ ਜ਼ਰੂਰ ਇਹਦਾ ਵਿਰੋਧ ਕਰੋ ਜਿਹੜੀ ਗੱਲ ਹੈ ਕਿ ਇਹ ਸਾਨੂੰ ਉਲਝਾਉਣ ਲਈ ਨੇ ਤੁਸੀਂ ਮੂਲ ਰੂਪ ਵਿੱਚ ਜਿਹੜੀ ਸਾਡੀ ਕੌਮ ਦਾ ਭਵਿੱਖ ਸਿਰਜ ਸਕਦੀ ਸੋਚ ਹੋਵੇ ਉਸ ਤੱਕ ਪਹੁੰਚਣ ਦੇ ਲਈ ਸਟੱਡੀ ਕਰਕੇ ਤੇ ਖਾਲਿਸਤਾਨ ਨੂੰ ਬਹੁਤ ਹੀ ਅਰਥ ਭਰਪੂਰ ਤਰੀਕੇ ਦੇ ਨਾਲ ਸਮਝੋ ਤੇ ਉਹਦੇ ਵਿੱਚ ਆਪਣਾ ਇੱਕ ਸੰਗਠਿਤ ਯੋਗਦਾਨ ਪਾਓ ਜੀ ਮੇਰੀ ਤਾਂ ਇਹੀ ਬੇਨਤੀ ਹੈ ਉਸ ਤੋਂ ਬਿਨਾਂ ਸਿੱਖ ਕਲਚਰ ਨੂੰ ਸਿੱਖ ਧਰਮ ਦੇ ਮੂਲ ਖਾਕੇ ਨੂੰ ਇਸ ਦੁਨੀਆਂ ਦੇ ਵਿੱਚ ਉਸੇ ਰੂਪ ਦੇ ਵਿੱਚ ਜਿਸ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਸਿਰਜਿਆ ਸੀ ਬਚਾ ਕੇ ਰੱਖਣਾ ਬਹੁਤ ਮੁਸ਼ਕਲ ਹੋ ਜਾਏਗਾ ਜੀ ਇਸ ਤੋਂ ਅਗਲਾ ਗੱਲ ਮੈਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਇਹ ਅਕਾਲ ਪੁਰਖ ਦਾ ਕੰਮ ਹੈ ਕਿ ਉਹਨੇ ਸਿੱਖ ਧਰਮ ਨੂੰ ਜਾਂ ਹੋਰ ਧਰਮਾਂ ਨੂੰ ਕਿਵੇਂ ਪਨਪਣ ਦੇਣਾ ਹੈ ਜੀ ਪਰ ਸਾਡੀ ਜਿਹੜੀ ਸਮਝ ਆਈ ਹੈ ਸਾਡੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਇਹ ਗੱਲ ਸਪਸ਼ਟ ਆ ਰਹੀ ਹੈ ਕਿ ਬਹੁਤ ਵੱਡੀ ਪੱਧਰ ਤੇ ਸੋਰਸਿਸ ਅਕਲ ਸਕੀਮਾਂ ਯੋਜਨਾਵਾਂ ਬਣਾਈਆਂ ਜਾਂਦੀਆਂ ਰਹੀਆਂ ਨੇ ਤੇ ਬਣਾਈਆਂ ਜਾ ਰਹੀਆਂ ਨੇ ਜਿਹਦੇ ਨਾਲ ਸਿੱਖ ਧਰਮ ਨੂੰ ਨਿਰਸ ਕਰ ਦਿੱਤਾ ਜਾਵੇ ਹਾਂਜੀ ਤੇ ਨਿਰਸਤਾ ਦੇ ਵਿੱਚੋਂ ਮੈਂ ਇਹੀ ਸਮਝ ਸਕਿਆ ਸਾਡੀ ਪਾਰਟੀ ਇਹ ਸਮਝ ਸਕੀ ਹੈ ਕਿ ਬਾਹਰਲੇ ਮੁਲਕਾਂ ਦੇ ਜਿਹੜੇ ਸਿੱਖ ਵਿਦਵਾਨ ਨੇ ਜਾਂ ਸੋਰਸਿਸ ਵਾਲੇ ਲੋਕ ਨੇ ਉਹ ਇਸ ਚੀਜ਼ ਨੂੰ ਸਮਝਣ ਤੇ ਉਹਦੇ ਵਿੱਚ ਆਪਣਾ ਯੋਗਦਾਨ ਪਾਉਣ ਇੱਥੋਂ ਵਾਲਿਆਂ ਤੋਂ ਤੁਸੀਂ ਬਾਕੀਆਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਮੈਂ ਆਪਣੀ ਪਾਰਟੀ ਬਾਰੇ ਕਹਿ ਸਕਦਾ ਜੀ ਤੇ ਸਾਡੇ ਤੋਂ ਆਸ ਕਰੋ ਕਿ ਅਸੀਂ ਹਰ ਇੱਕ ਉਸ ਗੱਲ ਦਾ ਵਿਰੋਧ ਵੀ ਕਰਾਂਗੇ ਤੇ ਲੋੜ ਪੈਣ ਤੇ ਜੇਲ੍ਹਾਂ ਵਿੱਚ ਵੀ ਜਾਵਾਂਗੇ ਜੇ ਸਰਕਾਰਾਂ ਚਾਹੁਣ ਸਾਡੇ ਤੇ ਕੇਸ ਵੀ ਪਾ ਸਕਦੀਆਂ ਨੇ ਨਾ ਤਾਂ ਅਸੀਂ ਖਾਲਿਸਤਾਨ ਤੋਂ ਪਿੱਛੇ ਹਟਾਂਗੇ ਨਾ ਹੀ ਸਿੱਖਾਂ ਦੇ ਉੱਤੇ ਜਿਹੜੀ ਯੋਜਨਾਬੱਧ ਕੋਈ ਵੀ ਹਮਲਾ ਹੁੰਦਾ ਹੈ ਚਾਹੇ ਉਹ ਅਕਾਲ ਤਖ਼ਤ ਸਾਹਿਬ ਰਾਹੀਂ ਕਰਵਾਇਆ ਜਾਂਦਾ ਹੋਵੇ ਚਾਹੇ ਦਮਦਮੀ ਟਕਸਾਲ ਵੱਲੋਂ ਕਰਵਾਇਆ ਜਾਂਦਾ ਹੋਵੇ ਗੁਪਤ ਜਿਹੜੇ ਹਮਲੇ ਸਾਡੇ ਤੇ ਕਰਵਾਏ ਜਾਂਦੇ ਨੇ ਧਰਮ ਦੇ ਪੱਖੋਂ ਉਹਨਾਂ ਦਾ ਅਸੀਂ ਸਮੇਂ ਮੁਤਾਬਕ ਜ਼ਰੂਰ ਹੀ ਵਿਰੋਧ ਕਰਾਂਗੇ ਸਾਡਾ ਸਾਥ ਜ਼ਰੂਰ ਦਿਓ ਇਹ ਬੇਨਤੀ ਹੈ ਬਿਲਕੁਲ ਬਿਲਕੁਲ ਵੀਰ ਜੀ ਤੇ ਵੀਰ ਜੀ ਸਾਡਾ ਥਰੂ ਆਊਟ ਦਾ ਟਾਈਮ ਬਹੁਤ ਸਾਰੀ ਨਵੀਂ ਯੰਗ ਜਨਰੇਸ਼ਨ ਵੀ ਜੁੜੀ ਹੈ ਅਸੀਂ ਚਾਹਾਂਗੇ ਕਿ ਅਗਲੇ ਸਵਾਲ ਜਾਵੇ ਤੁਸੀਂ ਬਹੁਤ ਹੀ ਵੇਰਵੇ ਦੇ ਨਾਲ ਦੋ ਜਦੋਂ ਵੀ ਅਸੀਂ ਜੂਨ 84 ਦੀ ਗੱਲ ਕਰਦੇ ਤਾਂ ਸਾਡੇ ਸਾਹਮਣੇ ਸੰਤ ਜਰਨੈਲ ਸਿੰਘ ਖਾਲਸਾ ਪਿੰਜਾਂ ਵਾਲਿਆਂ ਦਾ ਚਿਹਰਾ ਆਉਂਦਾ ਹੈ ਕਿਉਂਕਿ 20ਵੀਂ ਸਦੀ ਦੇ ਉਹ ਮਹਾਨ ਸਿੱਖ ਨੇ ਸਿੱਖ ਕੌਮ ਦੇ ਲਈ ਪਰ ਇੰਡੀਅਨ ਮੀਡੀਆ ਅਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਹਮੇਸ਼ਾ ਉਹਨਾਂ ਨੂੰ ਇੱਕ ਖੂੰਖਾਰ ਦਹਿਸ਼ਤਗਰਦ ਵਜੋਂ ਉਭਾਰਦੀ ਹੈ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਜਾਂ ਵਾਲਿਆਂ ਦੀ ਸ਼ਖਸੀਅਤ ਬਾਰੇ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਂ ਸੰਤ ਜਰਨੈਲ ਸਿੰਘ ਜੀ ਦੇ ਨਾਲ ਰਿਹਾ ਜੀ ਮੈਂ ਯੂਨੀਵਰਸਿਟੀ 'ਚ ਪੜ੍ਹਦੇ ਵਕਤ ਆਪਣੇ ਦੋਸਤਾਂ ਨਾਲ ਜਾ ਕੇ ਉਹਨਾਂ ਨੂੰ ਮਿਲਦਾ ਸੀ ਮੈਂ ਪਟਿਆਲੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੋਹਤਬਰ ਕਨਵੀਨਰ ਹੋਣ ਦੇ ਨਾਤੇ ਮੈਂ ਭਾਈ ਅਮਰੀਕ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਕੈਂਪਾਂ ਦੇ ਵਿੱਚ ਜਾਂਦਾ ਰਿਹਾ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਮੈਂ ਇਹੀ ਕਹਿ ਸਕਦਾ ਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕਰਦੇ ਹੋ ਜਦੋਂ ਤੁਸੀਂ ਗੁਰੂ ਇਤਿਹਾਸ ਨੂੰ ਸਟੱਡੀ ਕਰਦੇ ਹੋ ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੇ 100 ਸਾਲ ਦੇ ਸਿੱਖਾਂ ਦੇ ਇਤਿਹਾਸ ਨੂੰ ਸਟੱਡੀ ਕਰਦੇ ਹੋ ਤਾਂ ਤੁਹਾਡੇ ਮਨ ਵਿੱਚ ਇੱਕ ਸਿੱਖ ਦਾ ਸਰੂਪ ਉਭਰਦਾ ਹੈ ਜਿਹੜਾ ਕਦੇ ਅਸੀਂ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਦੇਖਦੇ ਹਾਂ ਜਿਹੜਾ ਕਦੇ ਅਸੀਂ ਮਤੀਦਾਸ ਸਤੀਦਾਸ ਜੀ ਦੇ ਰੂਪ 'ਚ ਦੇਖਦੇ ਹਾਂ ਉਹ ਜਿਹੜਾ ਇੱਕ ਬਿੰਬ ਬਣਦਾ ਹੈ ਉਸ ਬਿੰਬ ਦਾ ਪ੍ਰਤੱਖ ਰੂਪ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੈਂ ਕਹਿਣ ਦਾ ਇਹ ਚਾਹੁੰਦਾ ਕਿ ਜਦੋਂ ਕਿਸੇ ਵੀ ਸਿੱਖ ਬੱਚੇ ਬੱਚੀ ਨੂੰ ਇਹ ਜੀ ਕਰੇ ਕਿ ਮੈਂ ਇੱਕ ਸਿੱਖ ਨੂੰ ਕਿਵੇਂ ਸਮਝਾਂ ਕਿ ਸਿੱਖ ਕੌਣ ਹੁੰਦਾ ਹੈ ਤਾਂ ਉਹਨੂੰ ਇਹ ਚਾਹੀਦਾ ਹੈ ਕਿ 30 ਸਾਲ ਪੁਰਾਣੀ ਗਾਥਾ ਜਿਹਦੇ ਹਜੇ ਪਾਤਰ ਜਿੰਦੇ ਨੇ ਮੈਂ ਜਿੰਦਾ ਬੜੇ ਹੋਰ ਲੋਕ ਜਿੰਦੇ ਨੇ ਉਹਨਾਂ ਤੋਂ ਇਹ ਗੱਲ ਸੁਣੀ ਜਾਵੇ
ਪੜ੍ਹੀ ਜਾਵੇ ਕਿਤਾਬਾਂ ਜਿਹੜੀਆਂ ਸਹੀ ਬਣ ਗਈਆਂ ਕਿ ਉਸ ਬਿੰਬ ਨੂੰ ਤੁਸੀਂ 30 ਸਾਲ ਨੇੜੇ ਹੋ ਕੇ ਵੀ ਦੇਖ ਸਕਦੇ ਹੋ ਜੀ ਕਿ 30 ਸਾਲ ਪਹਿਲਾਂ ਜਿਹੜਾ ਮਨੁੱਖ ਸੀ ਉਹ ਸਿੱਖ ਕਿਰਦਾਰ ਦਾ ਪ੍ਰਤੱਖ ਸਰੂਪ ਸੀ ਹਾਂਜੀ ਤੋ ਉਸ ਚੀਜ਼ ਨੂੰ ਮਾਨਣਾ ਉਸ ਨੂੰ ਆਪਣੇ ਜ਼ਿਹਨ ਦੇ ਵਿੱਚ ਵਸਾਉਣਾ ਪਰ ਇੱਕ ਖਿਆਲ ਰੱਖਿਓ ਕਿ ਸਿੱਖਾਂ ਦੇ ਵਿੱਚ ਵੀ ਬੜੇ ਅਜਿਹੇ ਵਿਦਵਾਨ ਆਪਣੇ ਆਪ ਨੂੰ ਕਹਾਉਣ ਵਾਲੇ ਜਾਂ ਕਿਤਾਬਾਂ ਲਿਖਣ ਵਾਲੇ ਹੋਣਗੇ ਜੀ ਜਾਂ ਗੱਲਾਂ ਕਰਨ ਵਾਲੇ ਹੋਣਗੇ ਜਿਹੜੇ ਸਨ ਜਰਨੈਲ ਸਿੰਘ ਨੂੰ ਉਸ ਰੂਪ ਵਿੱਚ ਨਹੀਂ ਸਮਝਣਗੇ ਜਿਸ ਰੂਪ ਵਿੱਚ ਉਹ ਸੀ ਇਸ ਲਈ ਤੁਹਾਨੂੰ ਨੌਜਵਾਨ ਬੱਚਿਆਂ ਨੂੰ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਪਏਗੀ ਪਰ ਤੁਹਾਨੂੰ ਇਸ ਗੱਲ ਦਾ ਇੱਕ ਖਾਸ ਰਿਆਇਤ ਮਿਲੀ ਹੈ ਕੁਦਰਤ ਵੱਲੋਂ ਕਿ ਤੁਸੀਂ ਇੱਕ ਸਿੱਖ ਬਿੰਬ ਨੂੰ ਇੱਕ ਸਿੱਖ ਸ਼ਖਸੀਅਤ ਨੂੰ ਜਿਹੜੀ ਕਦੇ ਗੁਰੂ ਸਾਹਿਬ ਜੀ ਨੇ ਖਾਲਸਾ ਮੇਰੋ ਰੂਪ ਹੈ ਖਾਸ ਦੇ ਰੂਪ ਵਿੱਚ ਸਾਨੂੰ ਸਮਝਾਇਆ ਸੀ ਉਹਨੂੰ ਤੁਸੀਂ 30 ਸਾਲ ਪਹਿਲਾਂ ਦੇ ਕਿਰਦਾਰ ਚੋਂ ਦੇਖ ਸਕਦੇ ਹੋ ਇਹ ਅੱਜ ਦੇ ਨੌਜਵਾਨ ਦੀ ਅੱਜ ਦੀ ਪੀੜ੍ਹੀ ਦੀ ਸਾਡੇ ਸਾਰਿਆਂ ਦੀ ਖੁਸ਼ਕਿਸਮਤੀ ਹੈ ਲੋੜ ਹੈ ਇਸ ਸ਼ਖਸੀਅਤ ਨੂੰ ਸਮਝਣ ਦੀ ਇਹਦੀਆਂ ਮੈਨੀ ਡਾਇਮੈਂਸ਼ਨਲ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਨੂੰ ਸਮਝਣ ਦੀ ਲੋੜ ਹੈ ਤੇ ਦੁਸ਼ਮਣ ਜੇ ਇਹਦੇ ਇਹਨਾਂ ਦੇ ਬਾਰੇ ਕੋਈ ਗਲਤ ਗੱਲ ਕਹਿੰਦਾ ਹੈ ਤਾਂ ਇਹ ਦੁਸ਼ਮਣ ਦਾ ਹੱਕ ਹੈ ਕਿਉਂਕਿ ਉਹ ਦੁਸ਼ਮਣੀ ਕਰ ਰਿਹਾ ਹੈ ਉਹ ਦੁਸ਼ਮਣੀ ਕਰਨ ਦਾ ਆਪਣਾ ਫਰਜ਼ ਨਿਭਾ ਰਿਹਾ ਹੈ ਅਸੀਂ ਦੋਸਤੀ ਕਰਨ ਦਾ ਆਪਣਾ ਫਰਜ਼ ਨਿਭਾਈਏ ਅਸੀਂ ਸਿੱਖ ਹੋਣ ਦੇ ਨਾਤੇ ਸਿੱਖ ਵਿਊ ਪੁਆਇੰਟ ਦੇ ਨਾਲ ਜਦੋਂ ਭਿੰਡਰਾਂ ਵਾਲਿਆਂ ਨੂੰ ਦੇਖਾਂਗੇ ਤਾਂ ਸਾਨੂੰ ਲੱਗੇਗਾ ਕਿ ਐਡੀ ਪਿਆਰੀ ਤੇ ਮਹਾਨ ਸ਼ਖਸੀਅਤ ਸਾਡੇ ਵਿੱਚ ਹੱਡ ਮਾਸ ਦੇ ਰਾਹੀਂ ਵਿਚਰ ਕੇ ਗਈ ਹੈ ਕਿਉਂ ਨਾ ਅਸੀਂ ਉਹਨਾਂ ਤੋਂ ਅਗਵਾਈ ਲੈ ਕੇ ਆਪਣੇ ਫਿਊਚਰ ਨੂੰ ਇੱਕ ਪੁਨਰ ਸੁਰਜੀਤੀ ਮੈਂ ਕਹਿੰਦਾ ਹੁੰਦਾ ਪੁਨਰ ਸੁਰਜੀਤੀ ਦਾ ਜਿਹੜਾ ਸਮਾਂ ਦੁਬਾਰਾ ਸਿੱਖ ਥੌਟ ਨੂੰ ਜੀ ਕੇ ਦਿਖਾਇਆ ਹੈ ਸਰ ਜਰਨੈਲ ਸਿੰਘ ਜੀ ਨੇ ਉਸ ਪੁਨਰ ਸੁਰਜੀਤੀ ਨੂੰ ਅਸੀਂ ਸਮਝੀਏ ਤੇ ਅੱਗੇ ਤੋਰੀਏ ਇਹ ਅੱਜ ਦੀ ਨੌਜਵਾਨ ਪੀੜ੍ਹੀ ਦਾ ਜੇ ਚਰਨਾਂ 'ਚ ਮੇਰੀ ਬੇਨਤੀ ਹੈ ਉਹ ਪੜ੍ਹ ਲਿਖ ਗਏ ਨੇ ਉਹ ਨੈਟ ਤੇ ਖੋਜ ਕਰਦੇ ਨੇ ਉਹ ਸਧਾਰਨ ਗੱਲਾਂ ਦੇ ਵਿੱਚ ਉਲਝਣ ਦੀ ਬਜਾਏ ਇਹਦੀ ਗੰਭੀਰਤਾ ਨੂੰ ਸਮਝ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਜਿਹੜੀ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਹੈ ਇੱਕ ਸਿੱਖ ਹੋਣ ਦੇ ਨਾਤੇ ਹਾਂਜੀ ਉਸ ਤੋਂ ਅਗਵਾਈ ਲੈ ਕੇ ਆਪਣੇ ਫਿਊਚਰ ਨੂੰ ਅਸੀਂ ਇੱਕ ਸੰਗਠਿਤ ਵੀ ਕਰੀਏ ਤੇ ਸਟੈਪ ਬਾਏ ਸਟੈਪ ਉਹਨੂੰ ਅੱਗੇ ਲੈ ਕੇ ਜਾਈਏ ਤਾਂ ਜੋ ਜਿਹੜਾ ਇਹ ਵਿਪਰਵਾਦੀ ਇੱਕ ਪੰਜਾ ਸਾਡੇ ਉੱਤੇ ਦਿਸ ਰਿਹਾ ਹੈ ਇਹਦੀ ਪਕੜ ਨੂੰ ਅਸੀਂ ਢਿੱਲਾ ਕਰ ਸਕੀਏ ਹਾਂਜੀ ਸਾਡਾ ਅੱਜ ਇੱਕ ਪ੍ਰਾਈਮ ਫਰਜ਼ ਹੈ ਧਾਰਮਿਕ ਫਰਜ਼ ਵੀ ਹੈ ਇਨਸਾਨੀ ਫਰਜ਼ ਵੀ ਹੈ ਜੀ ਬਿਲਕੁਲ ਵੀਰ ਜੀ ਤੇ ਵੀਰ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੰਤ ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਬਾਰੇ ਇੰਨਾ ਸੋਹਣਾ ਵੇਰਵਾ ਦਿੱਤਾ ਵੀਰ ਜੀ ਸਾਡਾ ਹੁਣ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਵੀਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ ਟੀਵੀ 84 ਐਂਡ ਵੀਲ ਬੀ ਬੈਕ